ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਇਤਿਹਾਸਿਕ ਸਥਾਨ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ, ਜੋ ਕਿ ਪਿੰਡ ਜੈਮਲਵਾਲਾ ਮੋਗਾ ਵਿਖੇ ਹੈ। ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਆਉਂਦੀਆਂ ਨੇ। ਸਾਡੀ ਟੀਮ ਨੇ ਸਰਪੰਚ ਦਾਰਾ ਸਿੰਘ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਇਸ ਇਤਿਹਾਸਿਕ ਸਥਾਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਆਓ ਕਰਦੇ ਹਾਂ ਗੱਲਬਾਤ ਸਰਪੰਚ ਦਾਰਾ ਸਿੰਘ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀਂ, ਜਿਹੜਾ ਕਿ ਜੈਮਲਵਾਲਾ ਵਿਖੇ ਸਥਿਤ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਿਆ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ NRI ਵੀਰ ਜਿਹੜੇ ਹੈਗੇ ਆ ਉਹਨਾਂ ਨੂੰ ਮਨੋਕਾਮਨਾ ਪੂਰੀਆਂ ਕਰ ਚੁੱਕਿਆ ਹੈ। ਗੁਰਦੁਆਰਾ ਅਰਦਾਸਾਂ ਬੇਨਤੀਆਂ ਜਿਹੜੀਆਂ ਹੈਗੀਆਂ ਕਰਦੇ ਨੇ ਉਹ ਇੱਥੇ ਕਾਰਜ ਸੰਪੂਰਨ ਹੁੰਦੇ ਨੇ। ਔਰ ਅਸੀਂ ਬੈਠੇ ਹਾਂ ਸਰਪੰਚ ਸਾਹਿਬ ਦੇ ਨਾਲ, ਜਿਨ੍ਹਾਂ ਨੇ ਜ਼ਿੰਦਗੀ 'ਚ ਪਹਿਲਾਂ ਪਿੰਡ ਦੀ ਵਾਂਗ ਡੋਰ ਸੰਭਾਲੀ ਔਰ ਹੁਣ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ, ਸੇਵਾ ਕਰ ਰਹੇ ਨੇ ਔਰ ਉਹਦੇ ਨਾਲ ਨਾਲ ਕੈਂਸਰ ਦੀ ਫ੍ਰੀ ਦਵਾਈ ਦੇ ਰਹੇ ਨੇ। ਇਹ ਸਥਾਨ ਜਿਹੜਾ ਨਿਰੰਤਰ ਸੇਵਾ ਜਿਹੜੀ ਹੈਗੀ ਆ ਵੱਧਦੀ ਜਾ ਰਹੀ ਹੈ ਇਸ ਸਥਾਨ ਦੇ ਉੱਪਰ। ਜਦੋਂ ਦਾ ਇਹ ਸਥਾਨ ਬਣਿਆ ਕਦੇ ਰੁਕਿਆ ਨਹੀਂ ਗਾ, ਕਦੇ ਮਿਸਤਰੀ ਨਹੀਂ ਹਟੇ ਇੱਥੇ, ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਹੈਗੀ ਆ ਬਣਦੀ ਰਹਿੰਦੀ ਆ। ਆਪਾਂ ਦੇਖ ਸਕਦੇ ਕਿ ਨਕਸ਼ਾ ਬਦਲਿਆ ਪਿਆ ਇਸ ਸਥਾਨ ਦਾ। ਅੱਜ ਤੋਂ 18 ਸਾਲ ਪਹਿਲਾਂ ਅਸੀਂ ਦੂਰਦਰਸ਼ਨ 'ਤੇ ਕਵਰ ਕਰਨ ਆਏ ਸੀਗੇ ਔਰ ਅੱਜ ਅਸੀਂ ਫਿਰ ਸਾਨੂੰ ਦੁਬਾਰਾ ਮੌਕਾ ਮਿਲਿਆ ਕਿਉਂਕਿ ਅਸੀਂ ਨਜ਼ਦੀਕ ਕੋਈ ਪਿੰਡ ਦੇ ਵਿੱਚ ਕਿਸੇ ਸਕੂਲ ਨੂੰ ਕਵਰ ਕਰਨਾ ਸੀ ਅਤੇ ਬਾਬਾ ਜੀ ਨਾਲ ਗੱਲਬਾਤ ਕੀਤੀ, ਕਹਿੰਦੇ ਆ ਜਾਓ ਕੋਈ ਨਹੀਂ ਸਾਡੇ ਗੁਰਦੁਆਰੇ ਸਾਹਿਬ ਦਾ, ਕੋਈ ਨਹੀਂ ਬਣਾਓ ਤੁਸੀਂ ਦੁਬਾਰਾ ਤੋਂ। ਸਵਾਗਤ ਆ ਸਰਪੰਚ ਸਾਹਿਬ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ ਤੁਹਾਡਾ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਕਿ ਇਹ ਸਥਾਨ ਜਿਹੜਾ ਨਿਰੰਤਰ ਅੱਗੇ ਵੱਲ ਵੱਧ ਰਿਹਾ ਹੈਗਾ ਔਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਵਾਹ ਜਿਹੜੇ ਇੱਥੇ ਚੱਲਦੇ ਰਹਿੰਦੇ ਨੇ ਔਰ ਹਮੇਸ਼ਾ ਜਿਹੜਾ ਹੈਗਾ ਇਸ ਸਥਾਨ ਦੇ ਉੱਤੇ ਜਿਹੜੀ ਵੀ ਸੰਗਤ ਮਨੋਕਾਮਨਾ ਲੈ ਕੇ ਆਉਂਦੀ ਪੂਰੀ ਹੁੰਦੀ ਹੈ, ਉਹਨਾਂ ਦੀ ਜੋ ਵੀ ਇੱਥੇ ਆਉਂਦਾ ਅਰਦਾਸਾਂ ਬੇਨਤੀਆਂ ਲੈ ਕੇ ਆਉਂਦੀਆਂ ਸਾਰੀਆਂ ਪੂਰੀਆਂ ਹੁੰਦੀਆਂ। ਜੋ ਕੋਈ ਬਿਮਾਰੀ ਲਈ ਦੁਆ ਲੈ ਕੇ ਜਾਂਦਾ ਉਹ ਦੁਆ ਨਾਲ ਵੀ ਆਰਾਮ ਆਉਂਦਾ। ਇਹ ਮਾਲਕ ਦੀ ਕਿਰਪਾ ਹੋ ਗਈ ਛੇਵੇਂ ਪਾਤਸ਼ਾਹ ਦੀ, ਮੁੰਡਿਆਂ 'ਤੇ ਵੀ ਨੌਜਵਾਨਾਂ 'ਤੇ ਸੇਵਾ ਕਰਦੇ ਜਿਹੜੇ ਰਾਤ ਦਿਨ ਕਿਰਪਾ, ਅਤੇ ਅਸੀਂ ਵੀ ਇੱਥੇ ਸੇਵਾ ਹੀ ਲੱਗੀ ਆ, ਸਾਨੂੰ ਵੀ ਮੇਰੇ ਮਾਲਕ ਨੇ ਲਾ ਤੀ ਅਤੇ ਸੇਵਾ ਹੀ ਕਰਨੀ ਆ। ਕੋਈ ਪੈਸਾ ਨਹੀਂ ਲੈਣਾ ਦਵਾ ਦਾ, ਜੇ ਕੋਈ ਪੈਸਾ ਹੈ ਨਹੀਂ ਕਿਸੇ ਕੋਲ, ਗਰੀਬ ਆ ਡਾਕਟਰ ਦਾ ਕੁੰਜ ਜਿਹਾ ਪਿਆ, ਅਸੀਂ ਦੋਵਾਂ ਪਾਸਿਆਂ ਤੋਂ ਕਿਰਾਇਆ ਦੇਵਾਂਗੇ ਅਤੇ ਦਵਾ ਲੈ ਜੇ ਅਤੇ ਆਰਾਮ ਆ ਜੂ, ਮੇਰਾ ਮਾਲਕ ਕਿਰਪਾ ਕਰ ਦੂ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ। ਸਰਪੰਚ ਸਾਹਿਬ, ਜਿੱਦਾਂ ਤੁਸੀਂ ਸਾਰੇ ਪਿੰਡ ਨੂੰ ਇੱਕ ਲੜੀ 'ਚ ਪਰੋਇਆ ਔਰ ਸਾਰੇ ਲੋਕ ਜਿਹੜੇ ਹੈਗੇ ਆ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਬੰਦਾ ਜਿਹੜਾ ਇੱਥੇ ਗੁਰਦੁਆਰੇ 'ਚ ਆਉਂਦਾ ਔਰ ਕਦੇ ਤੁਸੀਂ ਕਿਸੇ ਤਰ੍ਹਾਂ ਦਾ ਕਿਸੇ ਨਾਲ ਦਰਿਆਦ ਨਹੀਂ ਕੀਤਾ, ਚਾਹੇ ਚੌਹਾਂ ਵਰਨ ਸਾਂਝਾ, ਚਾਹੇ ਇੱਥੇ ਕੋਈ ਹਿੰਦੂ ਆ ਜਾਵੇ, ਸਿੱਖ ਆ ਜਾਵੇ, ਕੋਈ ਮਰਜ਼ੀ ਆ ਜਾਵੇ, ਹਰੇਕ ਲਈ ਲੰਗਰ ਇੱਥੇ ਪ੍ਰਸ਼ਾਦੇ ਜਿਹੜੇ ਹੈਗੇ 24 ਘੰਟੇ 'ਤੇ ਰਾਤ ਦਿਨ ਚੱਲਦਾ ਜੀ। ਜੋ ਵੀ ਆਵੇ ਰਾਜੀ ਜਾਵੇ ਇੱਥੇ, ਤਾਂ ਬਸ ਕੋਈ ਇਹ ਨਹੀਂ ਗੱਲ ਵੀ ਕੱਪੜੇ ਵੱਲੋਂ ਜਾਂ ਫੁਲਕੇ ਵੱਲੋਂ ਜਾਂ ਸਾਂਭਣ ਦਾ ਹੀ ਕੋਈ ਹੈ ਨਹੀਂ, ਜਾਂ ਕੋਈ ਇੱਥੇ ਵਾਗ ਨਹੀਂ ਸੁਣਦਾ। ਰਾਤ ਨੂੰ ਬਾਰ ਵੀ ਖੋਲ੍ਹਦੇ ਹਾਂ, ਜੇ ਕਿਸੇ ਨੂੰ ਲੈ ਕੇ ਆਉਣਾ ਰਾਤ ਨੂੰ ਲੈ ਕੇ ਵੀ ਆਉਂਦੇ ਹਾਂ। ਜੇ ਕੋਈ ਮਛਿੰਦਰੀ ਨਾ ਮਿਲੇ ਦੂਰੋਂ ਆਉਂਦਾ ਤਾਂ ਸਾਨੂੰ ਫੋਨ ਲਾ ਦੇਵੇ, ਅਸੀਂ ਲੈ ਕੇ ਆਉਂਦੇ ਹਾਂ। ਮੇਰਾ ਮਾਲਕ ਕਿਰਪਾ ਕਰੇ, ਸੇਵਾ ਕਰਾਵੇ ਸਾਥੋਂ, ਤਾਂ ਅਸੀਂ ਸੇਵਾ ਕਰਦੇ ਰਹੀਏ। ਵਾਹਿਗੁਰੂ ਵਾਹਿਗੁਰੂ।